ਪਹਿਲੂ ਰੱਬ ਨੂੰ ਯਾਰਦਾ ਸ਼ੋਗ ਨਬੀ ਪਾਕ ਦਾ ਕਰਨ ਜਮਾਲ ਮਾਏ ਆਇਆ ਵੇ ਲੈ ਕੇ ਹੋਇਆ ਤੁਰਤ ਹਾਜ਼ਰ ਲੈ ਆਯਾਰ ਨੂੰ ਯਾਰ ਨੇ ਪਾ ਗੱਲਾਂ ਕੀਤੀਆਂ ਫਰਕ ਨਾ ਵਾਲ ਮਾਏ ਹੋਰ ਦਿਲਾਂ ਦੀਆਂ ਲਈਆਂ ਤੇ ਦਿੱਤੀ ਉਹਨੇ ਹੋ ਜ਼ਾਤ ਇੱਕ ਹੋਈ ਜ਼ਾਤ ਨਾਲ ਮਾਏ ਤਿਵੇਂ ਤਖ਼ਤ ਰੱਬ ਮੇਲਿਆ ਚੰਗ ਸਿਆ ਮਾਏ ਪੰਜਾਂ ਪੀਰਾਂ ਦਿੱਤਾ ਰਾਂਝਾ ਰੱਬ ਕੋਲੋਂ ਹੋ ਚੋਲੀ ਹੀਰ ਪਾਇਆ ਖੁਸ਼ੀ ਨਾਲ ਮਾਏ ਸਦਾ ਯਾਰ ਦਾ
ਵਿੱਚ ਹੁੰਦਾ ਚਾਕ ਨਾਲ ਮਾਏ ਗਾਲ ਮਾਏ ਅੱਜ ਕਾਬੇ ਦਾ ਘਰ ਜਦ ਹੋਇਆ ਸੁਸ਼ੋਕ ਕਮਾਲ ਮਾਏ ਗੱਲ ਨੂੰ ਸੋਚ ਸੰਭਾਲ ਮਾਏ ਰੁਖ ਯਾਰ ਦਾਇਤ ਤਸਤਹੀ ਰੱਬ ਜ਼ੋਕ ਤੇ ਸ਼ੋਕ ਦੀ ਚਾਹ ਦੇਵੇ ਓ ਲੈਣ ਗਮਾਂ ਦੇ ਦਿਲੋਂ ਜੰਜਾਲ ਮਾਏ ਪਿੱਛੇ ਚਾਗ ਦੇ ਮਰਨ ਕਬੂਲ ਕਰਾਂ ਗੈਰ ਨਾ ਹੋ
خیال مائے تائیں جگ تے وارسا سدانگی میں ਅਗਾਹ ਕਰਨੇ ਆ ਕਿ ਭਾਈ ਨਸੀਰ ਅਹਿਮਦ ਸਾਹਿਬ ਬਿਲਕੁਲ ਕੋਰੇ ਕਾਗਜ਼ ਦੀ ਤਰ੍ਹਾਂ ਐ ਨੇ, ਕੋਈ ਪੜ੍ਹੇ ਲਿਖੇ ਨਹੀਂ। ਇਸ ਵਾਸਤੇ ਅਗਰ ਕੋਈ ਗਲਤੀ ਹੋ ਜਾਏ ਤਾਂ ਉਹਦੀ ਮਾਫ਼ੀ ਚਾਹੁੰਦੇ ਹਾਂ। ਇਹਨਾਂ ਦੀ ਬੜੀ ਹਿੰਮਤ ਹੈ, ਅੱਲਾ ਨੇ ਇਹਨਾਂ ਨੂੰ ਬੜਾ ਹਾਫਜ਼ਾ ਦਿੱਤੀ ਹੈ ਕਿ ਇਤਨਾ ਕਲਾਮ ਅੱਛਾ ਪੜ੍ਹ ਲੈਣਾ ਔਰ ਇਤਨੇ ਖੂਬਸੂਰਤ ਅੰਦਾਜ਼ ਵਿੱਚ ਪੜ੍ਹ ਲੈਣਾ। ਤੋ ਇਸ ਵਾਸਤੇ ਮਾਦਰ ਚਾਹਵਾਂਗੇ ਬਿਲਕੁਲ ਕੋਰੇ ਕਾਗਜ਼ ਦੀ ਤਰ੍ਹਾਂ ਚਿੱਠੇ ਪੜ੍ਹਨੇ ਲਿਖਣੇ ਕਰਮ ਹੈ ਲਾਜਪਾਲਾਂ ਦਾ ਕਿ ਉਹਨਾਂ ਨੇ ਜਨਾਬ ਟੋਰੇ ਆ। ਇਸ ਵਾਸਤੇ ਮਾਦਰ ਚਾਹਵਾਂਗੇ ਅਗਰ ਕਿਸੇ ਨੂੰ ਕੋਈ ਲਫ਼ਜ਼ ਦੀ ਸਮਝ ਨਾ ਆਏ ਜਾਂ ਗਲਤ ਪੜ੍ਹਿਆ ਗਿਆ ਤਾਂ ਉਹਦੀ ਮਾਫ਼ੀ ਚਾਹਵਾਂਗੇ। ਅੱਲਾ ਤੁਹਾਡਾ ਔਰ ਸਾਡਾ ਸਭ ਦਾ ਹਾਮੀ ਓ ਨਾਸਰ। ਪਾਕਿਸਤਾਨ ਜ਼ਿੰਦਾਬਾਦ।